ਅੱਜ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਸੁਹਾਗਣਾ ਦਾ ਸਭ ਤੋਂ ਵੱਡਾ ਤਿਉਹਾਰ ਕਰਵਾ ਚੌਥ। ਸਵੇਰ ਤੋਂ ਭੁੱਖੀਆਂ ਪਿਆਸੀਆਂ ਸੁਹਾਗਣਾ ਕਰ ਰਹੀਆਂ ਨੇ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ। ਜ਼ੇਲ੍ਹਾਂ ਵਿੱਚ ਬੰਦ ਕੈਦੀਆਂ ਦੀਆਂ ਪਤਨੀਆਂ ਨੇ ਵੀ ਮਨਾਇਆ ਕਰਵਾ ਚੌਥ ਦਾ ਤਿਉਹਾਰ। ਜ਼ੇਲ੍ਹ ਪ੍ਰਸ਼ਾਸਨ ਵੱਲੋਂ ਕੀਤੇ ਗਏ ਸਨ ਖਾਸ ਪ੍ਰਬੰਧ, ਪਤੀ ਦੀ ਪੂਜਾ ਕਰਕੇ ਕੀਤੀ ਚੰਗੇ ਭਵਿੱਖ ਦੀ ਕਾਮਨਾ। ਸਵੱਛ ਭਾਰਤ ਮੁਹਿੰਮ ਤੋਂ ਬਾਅਦ ਹੁਣ ਮੋਦੀ ਸਰਕਾਰ ਨੇ ਆਦਰਸ਼ ਗ੍ਰਾਮ ਯੋਜਨਾ ਦੀ ਕੀਤੀ ਸ਼ੁਰੂਆਤ। ਹਰ ਸਾਂਸਦ ਤੇ ਵਿਧਾਇਕ ਨੂੰ ਇੱਕ ਪਿੰਡ ਨੂੰ ਆਦਰਸ਼ ਬਣਾਉਣ ਦੀ ਮਿਲੇਗੀ ਜ਼ਿੰਮੇਵਾਰੀ। ਅਤੇ ਮੋਹਾਲੀ ਦਾ ਸਤਨਾਮ ਸਰੀਰ ਤੋਂ ਅਬਨੋਰਮਲ, ਪਰ ਕਈ ਖੇਡਾਂ ਵਿੱਚ ਸੂਬਾ ਤੇ ਰਾਸ਼ਟਰ ਪੱਧਰ ਤੇ ਜਿੱਤੇ ਦਰਜਨਾ ਮੈਡਲ। ਹੁਣ ਪੰਜਾਬ ਦੀ ਫੁੱਟਬਾਲ ਟੀਮ ਵਾਸਤੇ ਹੋਈ ਚੋਣ। ਜੀ ਬੁਲੇਟਿਨ ਦੀ ਤਫਸੀਲ। ਸੁਹਾਗਣਾ ਦਾ ਤਿਉਹਾਰ ਕਰਵਾ ਚੌਥ ਅੱਜ ਦੇਸ਼ ਭਰ ਦੇ ਵਿੱਚ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਆਪਣੇ ਪਤੀ ਦੀ ਲੰਮੀ ਉਮਰ ਵਾਸਤੇ ਸੁਹਾਗਣਾ ਵੱਲੋਂ ਕਰਵਾ ਚੌਥ ਦਾ ਵਰਤ ਰੱਖਿਆ ਗਿਆ। ਇਸ ਪਵਿੱਤਰ ਤਿਉਹਾਰ ਦੇ ਮੌਕੇ ਜਿੱਥੇ ਵਿਆਹਤਾ ਔਰਤਾਂ ਸੱਜ ਸਵਰ ਕੇ ਆਪਣੇ ਪਤੀ ਦੀ ਸਲਾਮਤੀ ਵਾਸਤੇ ਦੁਆ ਕਰਦੀਆਂ ਨੇ, ਉੱਥੇ ਹੀ ਕੁਆਰੀਆਂ ਕੁੜੀਆਂ ਵੀ ਆਪਣੇ ਚੰਗੇ ਵਰਤੇ ਲਈ ਕਾਮਨਾ ਕਰ ਰਹੀਆਂ ਨੇ।